ਤੁਹਾਡਾ ਸਵਾਗਤ ਹੈ ਜੀ ਆਰਜੀ 24 ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਰਾਜ ਗਾਲਵ ਅੱਜ ਅਸੀਂ ਪਹੁੰਚੇ ਹਾਂ ਬਾੜ ਨੰਬਰ 17 ਦੇ ਵਿੱਚ ਜਿੱਥੋਂ ਦੀ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਕਰਮਜੀਤ ਕੌਰ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਸਭ ਤੋਂ ਪਹਿਲਾਂ ਮੈਂ ਆਰਜੀ ਹਾਂ ਜੀ ਚੈਨਲ ਦਾ ਧੰਨਵਾਦ ਕਰਦੀ ਹਾਂ ਜੀ ਜਿਨ੍ਹਾਂ ਨੇ ਮੇਰੀ ਇੰਟਰਵਿਊ ਲੈਣ ਦਾ ਜੱਜ ਬਚਕੇ ਜੀ ਇੱਕ ਮੈਡਮ ਇਹ ਹੈਗਾ ਸਭ ਤੋਂ ਪਹਿਲਾਂ ਮੇਰਾ ਸਵਾਲ ਹੈਗਾ ਵੀ ਆਮ ਆਦਮੀ ਪਾਰਟੀ ਹੀ ਤੁਸੀਂ ਕਿਉਂ ਜੁਆਇਨ ਕੀਤੀ ਆਮ ਆਦਮੀ ਪਾਰਟੀ ਵੀਰ ਜੀ ਸਭ ਤੋਂ ਵਧੀਆ ਪਾਰਟੀ ਆ ਕਿਉਂਕਿ ਕਰਪਸ਼ਨ ਤੇ ਭ੍ਰਸ਼ਟਾਚਾਰ ਤੋਂ ਦੂਰ ਆ ਜੀ ਜੀ ਦੂਜਾ ਹੈਗਾ ਕਿ ਦਾ ਲੋਕ ਤੁਹਾਡੇ ਦੇ ਕਿਵੇਂ ਵਿਸ਼ਵਾਸ ਕਰਨਗੇ ਜੀ ਠੀਕ ਆ ਜੀ ਇੱਕ ਤਾਂ ਵੀਰ ਜੀ ਕਿਨੂੰ ਲੈਂਦੇ ਸਾਡੇ ਕਾਂਗਰਸ ਭਾਜਪੀ ਦੇ ਲੋਕ ਆਉਂਦੇ ਆ ਸਾਡੇ ਨਾਲ ਵਾਅਦੇ ਕਰਦੇ ਆ ਜੀ ਕਿ ਅਸੀਂ ਤੁਹਾਡਾ ਰਸਤਾ ਬਣਾਵਾਂਗੇ ਰਸਤੇ ਹੀ ਸਾਡੇ ਬਹੁਤ ਵੱਡੀ ਸਮੱਸਿਆ ਵਾ ਜੀ ਕਿਉਂਕਿ ਉਹ ਲੰਮੇ ਸਮੇਂ ਤੋਂ ਹੀ ਚੱਲ ਰਹੀ ਹੈ 20-25 ਸਾਲ ਤੋਂ ਹੀ ਜੀ ਉਹ ਆਉਂਦੇ ਆ ਜੀ ਵਾਅਦੇ ਕਰਦੇ ਆ ਪਰ ਹੁੰਦਾ ਕੁਝ ਨਹੀਂ ਆ ਇਸ ਕਰਕੇ ਅਸੀਂ ਇਹ ਆਮ ਆਦਮੀ ਪਾਰਟੀ ਦਾ ਚਨਾਉ ਇਸ ਕਰਕੇ ਕੀਤਾ ਕਿਉਂਕਿ ਮੈਂ ਆਪਣੇ ਵਾਰਡ ਵਿੱਚ ਸੁਧਾਰ ਲਿਆਉਣਾ ਚਾਹੁੰਦੀ ਆ ਜੀ ਤੇ ਵੀਰ ਜੀ ਨਾ ਸਾਡੇ ਸਕੂਲ ਇੱਥੇ ਮਹੱਲੇ ਦੇ ਵਿੱਚ ਕੋਈ ਸਰਕਾਰੀ ਸਕੂਲ ਦੀ ਸਹੂਤਾ ਵਾ ਤੇ ਨਾ ਵੀਰ ਜੀ ਕੋਈ ਮੈਡੀਕਲ ਜੀ ਵੀ ਸਹੂਤਾ ਵਾ ਇਸ ਕਰਕੇ ਵੀਰ ਜੀ ਸਾਨੂੰ ਅੱਗੇ ਆਉਣਾ ਹੀ ਪੈਣਾ ਵਾ ਫਿਰ ਮਾ ਲੋਕ ਨੂੰ ਮੌਕਾ ਦੇਣਗੇ ਜੀ ਬਿਲਕੁਲ ਗਲਤ ਹੈ ਵੀਰ ਜੀ ਦਾ ਇਹ ਸੋਚ ਕਿਉਂਕਿ ਹੁਣ ਸਾਡੇ ਜਿਹੜੇ ਭੈਣ ਭਰਾ ਵਾ ਮੇਰੇ ਮੱਲਾ ਨਿਵਾਸੀ ਆ ਉਹਨਾਂ ਚ ਬਹੁਤ ਜ਼ਿਆਦਾ ਜਾਗਰੂਤਾ ਵਾ ਹਰ ਇੱਕ ਆਦਮੀ ਦੇ ਵਿੱਚ ਹੀ ਜਾਗਰੂਤਾ ਵਾ ਉਹ ਸਮਝ ਚੁੱਕੇ ਹਨ ਕਿ ਵੀ ਅਸੀਂ ਹਣੇ ਇਹਨਾਂ ਨੂੰ ਸਾਡੇ ਤੋਂ ਲੁੱਟਣ ਤੋਂ ਸਿਵਾ ਹੋਰ ਕੋਈ ਵਿਚਾਰਾ ਨਹੀਂ ਜੀ ਉਹਨਾਂ ਨੇ ਸਾਡੇ ਨਾਲ ਜਿੰਨਾ ਵੀ ਟਾਈਮ ਹੋ ਰਿਹਾ ਲੁੱਟਕਸਟ ਕਰੀ ਜਾਂਦੇ ਆ ਸਾਨੂੰ ਕੁੱਟਣ ਮਾਰਨ ਵਾਲਾ ਕੰਮ ਹੀ ਹੋਇਆ ਪਿਆ ਵਾ ਜੀ ਤੇ ਤੁਸੀਂ ਕੀ ਮਤਲਬ ਅਪੀਲ ਕਰਨੀ ਚਾਹੋਗੇ ਉਹਦੇ ਬਾੜਵਾਸੀਆਂ ਨੂੰ ਮੈਂ ਇਹੀ ਅਪੀਲ ਕਰਾਂਗੀ ਕਿ ਆਉਣ ਵਾਲੀ ਜਿਹੜੀ 14 ਤਰੀਕ ਆ ਜੀ ਤੇ ਆਮ ਆਦਮੀ ਨੂੰ ਵੋਟ ਕਰੋ ਤੇ ਆਮ ਆਦਮੀ ਦੀ ਵੋਟ ਵੀ ਕਰੋ ਤੇ ਸਪੋਰਟ ਵੀ ਕਰੋ ਕਿਉਂਕਿ ਆਉਣ ਵਾਲੇ ਵੀ ਸਮੇਂ ਵਿੱਚ ਮੈਂ ਆਵਾਂ ਤੇ ਆ ਕੇ ਇਹਨਾਂ ਦਾ ਸੁਧਾਰ ਕਰਾਂ ਆਪ ਦੇ ਮਹੱਲੇ ਦੇ ਕੰਮਕਾਰ ਕਰਾਂ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੀਆਂ ਠੀਕ ਹੈ ਧੰਨਵਾਦ ਜੀ ਆ ਬਾੜਵਾਸੀ ਆਪਣੇ ਨਾਲ ਹੋਰ ਵੀ ਮੌਜੂਦ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਆ ਬਜ਼ੁਰਗ ਮੇਰਾ ਨਾਮ ਹਰੀ ਸਿੰਘ ਆ ਜੀ ਤੇ ਤੁਸੀਂ ਕੀ ਬਦਲਾਅ ਚਾਹੁੰਦੇ ਜੀ ਤੁਹਾਨੂੰ ਕੀ ਲੱਗਦਾ ਜੀ ਮੈਂ ਬਦਲਾਅ ਇਹ ਚਾਹੁੰਦਾ ਜੀ ਸਨ 47 ਤੋਂ ਲੈ ਕੇ ਸਾਡਾ ਮਹੱਲਾ ਇਹ ਬਸਿਆ ਹੋਇਆ ਜੀ ਇਹਦੇ ਵਿੱਚ ਸਾਰੀਆਂ ਪਾਰਟੀਆਂ ਨੇ ਰਾਜ ਕੀਤੇ ਇਹ ਵੱਨ ਸਾਡੀਆਂ ਇਸ ਮਹੱਲੇ ਦੀਆਂ ਵੋਟਾਂ ਤੋਂ ਹੀ ਸਾਡਾ ਨਗਰਪਾਲਿਕਾ ਦੇ ਵਿੱਚ ਪ੍ਰਧਾਨ ਬਣਦਾ ਅੱਛਾ ਇਸ ਕਰਕੇ ਨਾ ਤਾਂ ਸਾਡੇ ਇੱਥੇ ਪਾਣੀ ਦਾ ਕੋਈ ਨਿਕਾਸ ਆ ਨਾ ਗਲੀਆਂ ਨਾਲੀਆਂ ਦਾ ਸਫਾਈ ਦਾ ਬਾਸਾ ਜੀ ਉਦੋਂ ਬਾਅਦ ਦੇ ਵਿੱਚ ਨਾ ਕੋਈ ਸਫਾਈ ਦਾ ਇੱਥੇ ਕੋਈ ਬੰਦਾ ਵਾਸਤਾ ਬਾਕੀ ਗੱਲ ਇਹ ਕਹਾਂਗੇ ਅਸੀਂ ਵੀ ਸਾਡੇ ਤਾਂ ਸਭ ਮਹੱਲਾ ਇਹ ਸ਼ਡੂਲ ਕਾਸਟਾ ਨਾ ਸਾਡੇ ਕੋਈ ਰਸਤਾ ਉਹ ਸਾਡੇ ਰਸਤਾ ਪਤਾ ਨਹੀਂ ਕਦੋਂ ਇਹਨਾਂ ਨੇ ਰੇਲਵੇ ਵਾਲਿਆਂ ਨੇ ਸਾਡੇ ਇੱਥੇ ਗਾਟਰ ਲਾ ਦੇਣਾ ਚਾਰ ਸਪੇਰੇ ਲਾਏ ਹੋਏ ਆ ਠੀਕ ਹੈ ਜੀ ਬਾਕੀ ਅਸੀਂ ਇਹ ਚਾਹੁੰਦੇ ਆ ਕਿ ਸਾਡੂੰ ਰਸਤਾ ਅਸੀਂ ਧਰਨੇ ਵੀ ਬਹੁਤ ਦਿੱਤੇ ਆ ਅੱਛਾ ਜੀ ਧਰਨੇ ਵੀ ਦਿੱਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਕਰਕੇ ਅਸੀਂ ਇਹ ਇਸ ਮੀਟਿੰਗ ਕੀਤੀ ਮਹੱਲਾ ਨਿਵਾਸੀਆਂ ਨੇ ਕਿ ਮੈਂ ਸਿੰਧੀ ਇਹਦੇ ਨਾਲ ਸਿੰਧੀ ਭਾਈ ਮੇਰਾ ਇਹ ਤਾਂ ਉਸਤਾ ਜੀ ਉਹਦੇ ਨਾਲ ਮੀਟਿੰਗ ਕੀਤੀ ਵੀ ਆਪਾਂ ਇੱਥੇ ਬਦਲਾ ਲਿਆਉਣਾ ਲਿਆ ਕੇ ਆਪਣਾ ਆਦਮੀ ਕਢਿਆਉਣਾ ਜੀ ਆਪਾਂ ਆਦਮੀ ਆਪਾਂ ਨੂੰ ਕਢਿਆ ਕੇ ਜਿਹਨੂੰ ਅਸੀਂ ਅੱਧੀ ਰਾਤ ਨੂੰ ਕੰਨੋ ਫੜੀਏ ਤਾਂ ਉਹ ਸਾਡੇ ਨਾਲ ਤੁਰੇ ਜੀ ਸਾਡੇ ਤਾਂ ਇੱਥੇ ਰਸਤਾ ਨਹੀਂ ਹੈ ਕੁਛ ਨਹੀਂ ਹੈ ਸਾਡੇ ਇੱਥੇ ਮਹੱਲੇ ਦੇ ਵਿੱਚ ਜੀ ਕੋਈ ਵੀ ਕੋਈ ਰਿਸ਼ਤਾ ਨਹੀਂ ਕਰਨੋਂ ਦਾ ਨਾ ਮੁੰਡੇ ਦਾ ਨਾ ਕੁੜੀ ਦਾ ਕਿਉਂਕਿ ਉਹ ਕਹਿੰਦੇ ਵੀ ਰਾਹ ਤਾਂ ਹੈ ਨਹੀਂ ਇੱਥੇ ਅੱਛਾ ਜਦੋਂ ਪਾਣੀ ਸਾਡੇ ਗਲੀਆਂ 'ਚ ਹੀ ਖੜਾ ਰਹਿੰਦਾ ਅੱਛਾ ਇਹ ਸ਼ਹਿਰ ਦੇ ਵਿੱਚ ਜੀ ਉਹ ਸਾਰੇ ਬੀਜੇਪੀ ਨਾਲੋਂ ਦਾ ਦਾਤਾ ਤੋੜ ਕੇ ਆਜ਼ਾਦ ਮੀਦਾਨ ਖੜੇ ਹੋ ਰਹੇ ਆ ਹਾਂਜੀ ਹਾਂਜੀ ਕਿਉਂਕਿ ਬੁੱਢਾ ਨੂੰ ਪਤਾ ਲੱਗ ਗਿਆ ਕਿਸਾਨ ਅੰਦੋਲਨ ਦੇ ਵਿੱਚ ਮੋਦੀ ਸਰਕਾਰ ਨੇ ਕੀ ਕੀਤਾ ਬੀਜੇਪੀ ਨੇ ਕੀ ਕੀ ਕੀਤਾ ਜੀ ਇਸ ਕਰਕੇ ਉਹਨਾਂ ਨੂੰ ਪਤਾ ਵੀ ਸਾਨੂੰ ਇਹ ਵੋਟ ਪੈਣੀ ਨਹੀਂ ਇਸ ਕਰਕੇ ਜਿੰਨਾ ਵੀ ਝਕਾਓ ਆ ਸਾਡਾ ਆਮ ਆਦਮੀ ਪਾਰਟੀ ਬੀਬੀ ਸਰਬਜੀਤ ਕੌਰ ਮਾਨੂ ਕੇ ਵੱਨੇ ਝੁਕਿਆ ਹੋਇਆ ਵਾ ਅਸੀਂ ਪੂਰਿਆਂ ਨੇ ਇਹ ਪਰਨ ਗੀਤਾ ਹੋਇਆ ਕਿ ਅਸੀਂ ਇਹ ਬੀਬੀ ਕਰਮਜੀਤ ਕੌਰ ਨੂੰ ਇੱਕ ਵਾਰ ਜਤੌਣਾ ਜਤੂਣਾ ਮੌਕਾ ਜ਼ਰੂਰ ਦੇਣਾ ਫਿਰ ਅਸੀਂ ਦੇਖਾਂਗੇ 5 ਸਾਲ ਬਈ ਕੀ ਬਣਦਾ ਤੇ ਕੀ ਜੁੜਦਾ ਜੀ ਇੱਕ ਜਿਹੜੇ ਕੈਂਡੀਡੇਟ ਹੈਗੇ ਆ ਕਾਂਗਰਸ ਦੇ ਉਹ ਮੇਰੇ ਖਿਆਲ ਵੀ ਇਹ ਮਹੱਲੇਵਾ ਮਹੱਲਾ ਵਾਸੀ ਇਤੋਂ ਦੇ ਜਾਣਦੇ ਹੋਣਗੇ ਉਹਨਾਂ ਜਿਹੜੇ ਨਵੇਂ ਮਤਲਬ ਆਏ ਹੈਗੇ ਆ ਕੈਂਡੀਆ ਜੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਜੀ ਅਸੀਂ ਜਾਣਦੇ ਆ ਜੀ ਉਹਨਾਂ ਨੂੰ ਵੀ ਜੀ ਉਹ ਤਾਂ ਸਾਡੇ ਉਹ ਸ਼ਹਿਰੋਂ ਦੂਜੀ ਨੁੱਕਰ ਤੋਂ ਆਏ ਆ ਜੀ ਸਾਡੇ ਬਾੜਵਾਸੀ ਤਾਂ ਹੈ ਹੀ ਨਹੀਂ ਹਾਂਜੀ 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 ਉਹ ਬਹੁਤ ਦੂਰੋਂ ਚੱਲ ਕੇ ਆਏ ਆ ਉਹ ੱਟਕੇ ਤੇ ਜੋੜਨਾ ਵੋਟਾਂ ਲੈਣੀਆਂ ਚਾਹੁੰਦੇ ਆ ਲੇਕਿਨ ਇਹ ਮਹੱਲਾ ਪਾਉਣ ਵਾਲਾ ਨਹੀਂ ਹੈ ਠੀਕ ਹੈ ਜੀ ਤੇ ਜਾਂਦੇ ਜਾਂਦੇ ਬਜ਼ੁਰਗੋ ਕੀ ਅਪੀਲ ਕਰਨੀ ਚਾਹੋਗੇ ਬਾੜਵਾਸੀਆਂ ਨੂੰ ਬਾੜਵਾਸੀਆਂ ਨੂੰ ਮੈਂ ਇਹ ਅਪੀਲ ਕਰੂੰਗਾ ਕਿ ਪੂਰੇ ਡਟ ਫਟ ਕੇ ਪੂਰੇ ਸ਼ਾਨੋਂ ਸ਼ੌਕਤ ਦੇ ਨਾਲ ਝੰਡੇ ਬੰਨ ਕੇ ਝੰਡੇ ਤਾਂ ਚਲੋ ਕੀ ਬੰਨਣੇ ਆ ਨਾ ਬੰਨਣ ਦਿੰਦੇ ਆ ਹਾਂਜੀ ਅਸੀਂ ਇੱਥੋਂ ਜਾਵਾਂਗੇ ਟੋਲੀਆਂ ਬਣਾ ਕੇ ਜੀ ਬੀਬੀ ਕਰਮਜੀਤ ਕੌਰ ਝਾੜੂ ਵਾਲੀ ਤੇ ਮੋੜ ਲਾਵਾਂਗੇ ਠੀਕ ਆ ਜੀ ਧੰਨਵਾਦ ਜੀ ਤੁਸੀਂ ਦੇਖਿਆ ਜੀ ਜਿਹੜੇ ਵਾਰਵਾਸੀ ਹੈਗੇ ਆ ਉਹ ਬਦਲਾਬ ਲਿਆਉਣਾ ਚਾਹੁੰਦੇ ਹੈਗੇ ਵੀ ਜੋ ਵੀ ਕੈਂਡੀਡੇਟ ਆਵੇ ਸਾਡੇ ਮਹੱਲੇ ਦਾ ਹੋਵੇ ਅਸੀਂ ਕਿਸੇ ਹੋਰ ਜੋ ਕੋਈ ਇੱਥੇ ਆਨੂੰ ਵੋਟ ਮੰਗਣਾ ਆਉਂਦਾ ਹੈਗਾ ਵਾ ਅਸੀਂ ਉਹਨਾਂ ਨੂੰ ਕਦੇ ਵੀ ਵੋਟ ਨਹੀਂ ਪਾਵਾਂਗੇ ਧੰਨਵਾਦ ਜੀ